ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਸਾਰਿਆਂ ਦੇ। ਅੱਜ ਆਪਾਂ ਚੱਲੇ ਸੀ ਚੰਡੀਗੜ੍ਹ ਅਤੇ ਆਪਣੇ ਯਾਰ ਦੋਸਤ ਵੀ ਆ ਰਹੇ ਨੇ। ਹੁਣੇ ਫੋਨ ਜਿਹਾ ਕੀਤਾ ਸੀ, ਕਹਿੰਦੇ ਅਸੀਂ ਆ ਰਹੇ ਹਾਂ, ਪਹੁੰਚ ਰਹੇ ਹਾਂ। ਤਾਂ ਦਿਖਾਉਂਦੇ ਫਿਰ ਅੱਜ ਤੁਹਾਨੂੰ ਚੰਡੀਗੜ੍ਹ ਦੇ ਨਜ਼ਾਰੇ, ਤੁਸੀਂ ਵੀ ਚੱਲਿਓ ਨਾਲ ਸਾਡੇ। ਆ ਗਏ ਬਾਈ ਮੁੰਡੇ, ਰਾਣਾ ਸਾਹਿਬ ਜੀ। ਓਹੋ, ਰਾਣਾ ਸਾਹਿਬ ਜੀ ਨਿਕਲ ਰਹੇ। ਕੀ ਹਾਲ ਹੈ ਸਰ? ਵਧੀਆ ਵਧੀਆ ਵਧੀਆ, ਤੁਸੀਂ ਸੁਣਾਓ, ਠੀਕ ਠਾਕ? ਵਧੀਆ ਵਧੀਆ ਜੀ। ਸੋਰੋ ਰਾਣਾ ਚੰਡੀਗੜ੍ਹ ਦੇ ਨਜ਼ਾਰੇ ਹਾਂਜੀ, ਖਰੜ ਪਹੁੰਚਣ ਵਾਲੇ ਆਪਾਂ, ਅਰੇ ਪਹੁੰਚ ਗਏ ਲਗਭਗ ਜੀ। ਕਰੋ ਠੰਡ ਬਹੁਤ ਆ ਬਾਹਰ ਯਾਰ, ਕੀ ਕਰੀਏ। ਟ੍ਰੈਫਿਕ ਦੇਖੋ ਚੰਡੀਗੜ੍ਹ ਦੀ, ਬੜਾ ਹਿਸਾਬ ਲਾਇਓ। ਪਹਿਲੀ ਬਹੁਤ ਲੇਟ, ਇਹਨਾਂ ਨੇ ਹੋਰ ਕਰਾਉਣਾ ਸਾਨੂੰ। ਬਾਬੇ ਪਹਿਲਾਂ ਛੱਤ ਵੀ ਨਹੀਂ ਜਾਣਾ, ਛੱਤ ਚਾਹੇ ਥੱਲੇ ਚੱਲੇ ਯਾਰ, ਲੈ ਕੇ ਚੱਲੋ ਕਿਤੇ ਮਰਜ਼ੀ। ਅਲਾਂਟੇ ਸ਼ਾਮ ਨੂੰ ਚੱਲਾਂਗੇ, ਰਾਤ ਨੂੰ ਆਪਾਂ ਚੱਲ, ਰਾਤ ਨੂੰ ਚੱਲਾਂਗੇ। ਪਹਿਲਾਂ ਹੁਣ ਆਹ ਮੁੰਡੇ ਵਰਗੇ ਜਾਨਵਰ ਦੇਖੇ ਜੀ ਅਸੀਂ। ਉਹ ਕੀ ਕਿਹੜਾ ਹੁੰਦਾ ਉਹ ਸਾਲਾ? ਉਹ ਭਾਲੂ, ਭਾਲੂ ਯਾਰ ਕੌਣ ਹੁੰਦਾ? ਦਰਾਈ ਘੋੜਾ, ਦਰਾਈ ਘੋੜਾ ਉਹਦਾ ਮੈਂ ਗਾਹ ਕੱਢ ਦੂੰਗਾ। ਪਾਪੜ ਖਾਣੇ, ਦਿਲ ਵੀ ਪਾਪੜ ਲੈ ਕੇ ਗੁੱਸਾ ਕਰ ਗਿਆ। ਪਾਪੜ ਖਾਣੇ ਉੱਤੇ ਰਾਤ ਨੂੰ, ਨਾਲ ਹੋਰ ਕੁਛ ਮੰਗੂ ਏ ਪਾਪੜ ਦੇ ਨਾਲ, ਚਕਲੇ ਨਾਲ ਫਿਰ ਭਾਰ ਦਾ ਕੀ ਕਰੀਏ ਯਾਰ। ਦੇਖੋ ਬਾਬੇ, ਧੁੱਪ ਨਿਕਲ ਹੀ ਆ ਪੂਰੀ, ਹੈ ਨਾ? ਆਪਣੇ ਤਾਂ, ਆਪਣੇ ਤਾਂ ਧੁੰਦੇ ਹੋਣੀ ਹੈ ਨਾ ਪੂਰੀ ਉੱਥੇ। ਬਾਬੇ ਯਾਰ ਮੌਸਮ ਸਹੀ,
ਸੀਗਾ ਪਵਨ ਕਹਿੰਦਾ ਸੀਗਾ ਕਹਿੰਦਾ ਯਾਰ ਮੀਂਹ ਪੈਣਾ ਵਾ ਫਲਾਣਾ ਢਿਮਕੜਾ ਮੈਸੇਜ ਆਉਂਦੇ ਆ ਕਹਿੰਦਾ ਡਾਇਰੈਕਟਰ ਵਾਲਿਆਂ ਦੇ ਚੱਟੀ ਗਿਆ ਹੋਰ ਤੇਰਾ ਗਲਾ ਠੀਕ ਹੋ ਗਿਆ ਤੇਰਾ ਤੂੰ ਕਹਿੰਦੀ ਗਲਾ ਖਰਾਬ ਆ ਤੇਰਾ ਗਰਾਰੇ ਕਰਾਈਏ ਤੈਨੂੰ ਗਰਾਰੇ ਵੀ ਦਾਰੂ ਤੇ ਕਰਦਾ ਹੋਣਾ ਆਹੋ ਮੈਂ ਫੋਨ ਕਰੀ ਆ ਮਹਾਰਾਜ ਫੋਨ ਹੀ ਨਾ ਚੱਕੀ ਮੈਂ ਕਿਹਾ ਪਤਾ ਨੀ ਕੀ ਹੋ ਗਿਆ ਪਤੰਦਰ ਨੂੰ ਹੋਰ ਇਹਨੂੰ ਫੋਨ ਕਰੀ ਆਈ ਆ ਬਾਰਾਂ ਵਜੇ ਫੋਨ ਕਰੀ ਜਾਂਦਾ ਸੁੱਤੇ ਪਏ ਨੂੰ ਕਿਹਨੂੰ ਮੈਨੂੰ ਮੈਂ ਸਭ ਪਤਾ ਨੀ ਮੈਂ ਕਿਤੇ ਜਵਾਬ ਹੀ ਨਾ ਦੇ ਦੇਵੇ ਜਾਂ ਫੋਨ ਕੀਤਾ ਨਾ ਬਾਰਾਂ ਵਜੇ ਮੈਂ ਕਿਹਾ ਜਵਾਬ ਹੀ ਨਾ ਦੇ ਦੇਵੇ ਪਤੰਦਰ ਹਾਂਜੀ ਸਰ ਕੀ ਗੱਲ ਹੈ ਕੁਛ ਨਹੀਂ ਕਿਵੇਂ ਫੜਾ ਬਣ ਕੇ ਬਹਿ ਗਿਆ ਇੰਨਾ ਹੈ ਨੀ ਭਾਈ ਚੱਲ ਹੁਣ ਬਲੌਗ ਬੰਦ ਕਰ ਦਿਓ ਕਰਦੇ ਆ ਕੀ ਜੂਸ ਪੀ ਲਓ ਜੂਸ ਜੂਸ ਪੀ ਲਓ ਗਾਇਸ ਹੈ ਗਾਇਸ ਜੂਸ ਪੀ ਲਓ ਗਾਇਸ ਜੂਸ ਜੂਸ ਯਾਦ ਆਉਗੀ ਤਾਂ ਅਸੀਂ ਜੂਸ ਪੀਣ ਲੱਗਿਆ ਠੰਡਾ ਠੰਡਾ ਜੂਸ ਪੀ ਲਿਆ ਥੋੜਾ ਵਧੀਆ ਲੱਗੇਗਾ ਪਤਾ ਯੂਨੋ ਸਕਿਨ ਦੀ ਵਧੀਆ ਹੁੰਦਾ ਵਧੀਆ ਚੀਜ਼ ਆ ਸਕਿਨ ਬਾਡੀ ਨਾ ਕਿਤੇ ਗੁਲਾਬੀ ਨਿਕਲਿਆ ਦਿਲ ਪ੍ਰੀਤ ਘਰੇ ਰਹਿ ਕੇ ਲਾਲ ਹੋਇਆ ਨੀ ਬਰੋ ਕੁਛ ਖਾਣਾ ਗਲੋ ਗਲੂ ਦਾ ਲਈ ਕੀ ਕੁਛ ਡਾਇਟ ਪਲਾਨ ਦੱਸ ਡਾਇਟ ਪਲਾਨ ਆਪਾਂ ਸਵੇਰੇ ਦੁਪਹਿਰੇ 3 ਵਜੇ ਉੱਠੋ ਵਧੀਆ ਹੋ ਗਿਆ ਪਹਾੜੀ ਆ ਡਿੱਗੀ ਤਾਂ ਜੰਮੇ ਹੀ ਪਹਾੜੀ ਚਿੱਟੇ ਹੁੰਦੇ ਵਾਧਾ ਨਾ ਯਾਰ
ਜੇ ਇੱਥੇ ਕੁਵਾਰੀ ਬਣਾ ਦੀ ਕੋਲ ਕੱਟਣ ਵਾਲਾ ਲੱਗੂ ਲੱਕੜਾ ਕੱਟਣ ਵਾਲਾ ਨਹੀਂ ਵਧੀਆ ਯਾਰ ਦੇਖੋ ਉੱਥੇ ਨਾ ਇੱਕ ਆਪਾਂ ਹੁਣ ਇੱਥੇ ਚੱਲੇ ਹਾਂ ਨਾ ਪਵਨ ਜੀ ਕੀ ਵਿਚਾਰ ਦੇਣਾ ਚਾਹੋਗੇ ਇਸ ਬਾਰੇ ਤੁਸੀਂ? ਬਸ ਕੁਛ ਨੀ ਯਾਰ ਯਾਰ ਅੱਜ ਦੁਖੀ ਗਾ ਤੇ ਘਰੇ ਜਾਣਾ ਯਾਰ ਵਾਤਾ ਤੂੰ ਛੱਡ ਯਾਰ ਪਵਨ ਯਾਰ ਤੂੰ ਸਾਰਾ ਸਵਾਗਤ ਕਰ ਕਰੀ ਜਾਂਦਾ ਉੱਧਰ ਕੀ ਹੋ ਗਿਆ ਅੱਛਾ ਲੰਗਰ ਲੱਗਿਆ ਹੋਇਆ ਚਲੋ ਬਿਠਾ ਕੇ ਚੱਲੀਏ ਇੱਥੇ ਆ ਕੇ ਵੀ ਲੰਗਰੇ ਖਾਣਾ ਵਾ ਉੱਧਰ ਵੀ ਦਰਾਏ ਰਹਿ ਕੇ ਉੱਥੇ ਵੀ ਲੰਗਰ ਚਲੋ ਸਾਰੇ ਪਾਸੇ ਵਾਲਾ ਖਾਣ ਦੀ ਲੰਗਰ ਵਾਲੇ ਉਹ ਸੱਚੀ ਲੰਗਰ ਲੱਗਿਆ ਹੋਇਆ ਬਾਬੇ ਦੇਖੇ ਬਾਬੇ ਦਾ ਕੈਮਰਾ ਕਿੱਥੋਂ ਘੁੰਮਣਾ ਵਾ ਬਹੁਤ ਸਾਲ ਪਹਿਲਾਂ ਆਇਆ ਸੀਗਾ ਅੱਜ ਤੋਂ ਘੱਟੋ ਘੱਟ 10 ਸਾਲ ਪਹਿਲਾਂ ਆਇਆ ਸੀ ਜਦ ਮੈਂ ਸਿਰਫ 10 ਸਾਲ ਦਾ ਸੀ ਹਾਂ ਜਦ ਮੈਂ 10 ਸਾਲ ਦਾ ਸੀ ਉਦੋਂ ਆਇਆ ਸੀ ਅੱਜ ਮੈਂ ਹੋ ਗਿਆ 20 ਸਾਲ ਦਾ ਅੱਜ 10 ਸਾਲ ਬਾਅਦ ਮੁੰਡੇ ਦਾ ਘਰ ਆ ਗਿਆ ਹੈ ਇੱਧਰ ਕਿਹੜੇ ਮੁੰਡੇ ਦਾ ਪਵਨ ਦਾ ਉਹਨੂੰ ਛੱਡ ਕੇ ਜਾਣਾ ਲਾ ਕੇ ਜਾਣਾ ਮੈਂ ਗਲਾ ਵੀ ਕੱਢੀ ਬੁਲਾ ਵਿੱਚ ਹੁਣ ਕਹਿ ਰਿਹਾ ਚੱਲ ਮੇਰਾ ਘਰ ਆ ਗਿਆ ਠੀਕ ਆ ਮੈਨੂੰ ਤਾਂ ਪਿੰਜਰੇ 'ਚ ਬੰਦ ਕਰੇ ਠੀਕ ਆ ਲਾਂਟੇ ਸੀਗਾ ਛੱਤ ਬੀੜ ਦਾ ਕਦੋਂ ਬਣਾ ਲਿਆ ਪ੍ਰੋਗਰਾਮ ਬੰਦ ਬਸ ਯਾਰ ਜਾਨਵਰ ਬੰਦੇ ਆ ਕਰਕੇ ਬਣਾਉਣਾ ਪਿਆ ਨਹੀਂ ਜਾਨਵਰ ਬੰਦੇ ਆ ਜਾਨਵਰ ਵਾਲੀ ਬਸ ਯਾਰ ਤੁਹਾਨੂੰ ਪਾਰਕਿੰਗ ਲੱਭਦੀ ਕਿਤੇ ਖੜਾ ਦੋ ਗੱਬੀ ਖੜਾ ਦੋ ਯਾਰ ਬਾਬੇ ਇਕੱਠੇ ਬਹੁਤ ਹੋਇਆ ਜੀ ਗੱਬੀ ਲਾ ਦੋ ਯਾਰ ਟੋਰਾ ਟੋਰਾ ਚਾਰ ਟਿਕਟਾਂ ਲੈ ਲਈਆਂ ਬਸ ਆਪਣੇ ਤਾਂ ਫ੍ਰੀ ਹੋਣੀ ਚਾਹੀਦੀ ਸੀ ਆਪਾਂ ਜਾਨਵਰ ਇੱਕ ਮੈਂ ਉਹ ਬਣਾਉਂਦਾ ਚੁੜਿਆ ਕਰਦਾ ਤਿਆਰ ਮੈਂ ਪੁੱਛਣਾ ਤਿਆਰ ਹੈ ਕਿ ਨਾ ਲੈ ਜੀ ਚਿੜਿਆ ਘਰ ਅੰਦਰ ਹੈ ਤਿਆਰ ਲੈ ਕੇ ਜਾਣਾ ਸਖ਼ਤ ਮਨਾ ਹੈ ਹੈਗਾ ਤੇਰੇ ਕੋਲ ਕੋਈ ਕੁਛ ਉਹਦਾ ਲਾਇਸੈਂਸ ਹੀ ਹੈ ਚੱਲ ਠੀਕ ਹੈ ਤਾਂ ਠੀਕ ਹਾਂਜੀ ਐਂਟਰੀ ਦੇਖਦੇ ਅੰਦਰ ਹੈ ਕੁਛ ਕਿ ਨਹੀਂ ਦੇਖਦੇ ਅੰਦਰ ਅੰਦਰ ਹੈਗਾ ਵੀ ਕੁਛ ਮੈਨੂੰ ਹੁਣ ਤੱਕ ਦਾ ਕੁਛ ਨਹੀਂ ਦਿਖ ਰਿਹਾ ਕਿ ਬਾਕੀ ਅੱਗੇ ਆ ਕੇ ਦੇਖ ਹਾਂ ਦੇਖ ਹੈ ਚੱਲ
ਇੱਥੇ ਛੱਤ ਵੀ ਇੱਥੇ ਤਾਂ ਕੰਧਾਂ 'ਤੇ ਚਿੱਤਰ ਬਣੇ ਦਿਖ ਰਹੇ ਨੇ ਸ਼ੇਰ ਚਿੱਤਿਆਂ ਦੇ। ਮੈਨੂੰ ਤਾਂ ਲੱਗਦਾ ਜਾਨਵਰ ਜਾਨਵਰ ਹੈ ਨਹੀਂ ਸੀ। 100 ਰੁਪਏ ਖਰਾਬ ਤਾਂ ਨਹੀਂ ਹੋ ਗਏ ਆਪਣੇ? ਆਹ ਦੇਖਾ ਇਲਤਾ ਕਰਨ ਲੱਗਿਆ ਪੂਰੀਆਂ, ਇਲਤਾ ਕਰਦਾ ਦੇ। ਆ ਜਾ ਗੁੱਸਾ ਕਾਹਤੇ ਕਰਦਾ ਵੀਰੇ, ਚਲੇ ਗਿਆ ਯਾਰ ਉੱਧਰ, ਚੜ ਗਿਆ ਜਾ ਕੇ ਬੱਚੀ ਥੋੜੀ ਆ ਭਰਾਵਾ, ਹਿਰਨਾ ਹਿਰਨਾ ਬੱਚੀ ਆ, ਹਿਰਨਾ ਬੱਚੀ ਇੱਥੇ ਰੱਖਣੀ ਇਹਨਾਂ ਨੇ। ਬਾਬੇ ਹਿਰਨ ਨੇ ਛਾਲ ਠੋਕੀ ਕਹਿੰਦੇ ਤਰਾ ਛਾਲ ਯਾਰਾ ਖਾ ਲੈਂਦੇ ਆ ਇਹਲਾ ਫਿਰ ਉਹ ਇਹਲੇ ਨੂੰ ਫੜ ਲੈਂਦਾ ਹੋਊ ਜੇ ਥੱਲੇ ਆ ਜਾਵੇ। ਕੋਈ ਮੰਨਦਾ ਉਹਨਾਂ ਵਿਆਹ ਨੂੰ ਵੀਡ ਉਹਨਾਂ ਦਿੰਦੇ ਕਿੰਨਾ ਘੰਟਾ ਦੱਸ ਲੀਨ ਜਾਣ ਇੱਥੇ ਲਿਖੀ ਹੋਣੀ ਆ ਵੀਡ ਵੀਡ ਖਾ ਦੇ ਤਾਂ ਉਹ ਬਾਈ ਨੇ ਕੁਰਸੀ ਵਿੱਚੀ ਆ ਮੈਂ ਭੱਜ ਲੈਣਾ ਸੀ ਇਹਨੂੰ ਬਾਈ ਨੇ ਕੁਰਸੀ ਵਿੱਚ ਆ ਦੇ ਉਹ ਬਾਬੇ ਦੇ ਬਾਲ ਆਟੋਮੈਟਿਕਲੀ ਹੁੰਦੇ ਕਿ ਕੱਟਦੇ ਨੇ ਸਾਡੇ ਪਿੰਡ ਦਾ ਪੰਛੀ ਦਾ ਜਾਂਦਾ ਉਹ ਕੱਟਦਾ ਕਿ ਉਹ ਬੜਾ ਪਲੇਨ ਆ ਭੈਣ ਫਿਰ ਪਤਾ ਚੱਲੂ ਉਹਨੂੰ ਬਿਜ਼ਨਸ ਕੀ ਦੁੱਧ ਕਿਤੋਂ ਕੱਢਣਾ ਕੁਛ ਕਰਨਾ ਪਿਆ ਸੂਣ ਵਾਲੀ ਨਹੀਂ ਬਾਬੇ ਨਵਾਂ ਜੀ ਆਉਣ ਲੱਗ ਗਿਆ ਪਾਵਾ ਨੇ ਪੋਜ ਬਣਾਇਆ ਹੋਇਆ ਬਾਬਾ ਵੀਡੀਓ ਬਣਾ ਰਿਹਾ ਨਾ ਪੋਜ ਆਉਦਾ ਲੱਗ ਰਿਹਾ ਤੂੰ ਡੰਗਰ ਡਾਕਟਰਾਂ ਤੂੰ ਕੀ ਆ ਹਾਥੀ ਦਾ ਬਾਥਰੂਮ ਹੈ ਲਿਖਿਆ ਲਿਖਿਆ ਸਹੀ ਉਹ ਲਿਖਿਆ ਪਰ ਲੱਕੜ ਬੱਗੇ ਦਾ ਬਾਥਰੂਮ ਆਹ ਤਾਂ ਲਿਖਿਆ Okay.
ਉਹਨੇ ਸੱਸੂ ਕਰ ਦੇਣਾ ਸਿੱਟੀ ਮਾਰੀ ਜਾਂਦਾ ਕਰੂ ਕਰੂ ਦੇਖੋ ਕਰੂ ਉਹ ਬੈਠਣ ਲੱਗੀ ਉਹ ਧੁੱਪੇ ਮੈਂ ਕਰਨ ਲੱਗੀ ਕੁਛ ਨੋਨ ਦੇਖ ਕਰ ਨਵੀਂ ਖੋਜ ਕੱਢ ਦੇਵੇ ਕੋਈ ਭੁੱਖ ਲੱਗੀ ਯਾਰ ਇਹਨਾਂ ਨੂੰ ਪਾਇਆ ਨਹੀਂ ਹੈਗਾ ਕੁਛ ਹੈ ਨਾ ਲੱਭ ਜਾਣਾ ਕੁਛ ਖਾਣ ਨੂੰ ਡਾਇਨਾਸੌਰ ਤੁਸੀਂ ਅੰਗਰੇਜ਼ਾਂ ਦੀ ਫਿਲਮਾਂ 'ਚ ਦੇਖਣਾ ਕਿ ਪੰਜਾਬੀ 'ਚ ਦੇਖ ਲਓ ਆ ਕੇ ਬਣਾਉਂਦੇ ਆ ਕੇ ਆ ਜਾ ਕੈਮਰਾ ਲੱਗੇ ਹੋਏ ਨੇ ਇੱਥੇ ਕਿਉਂਕਿ ਡਾਇਨਾਸੌਰ ਤੁਹਾਨੂੰ ਪਤਾ ਹੀ ਉਹ ਆ ਕੀ ਬਣੀ ਉਹ ਬਾਬੇ ਉਹਦੇ ਵਾਂਗੂ ਹੀ ਆ ਆ ਵੀ ਆੜੀ ਬਾਂਟੇ ਵੱਡੇ ਵੱਡੇ ਪਾਏ ਨੇ ਅੱਖਾਂ 'ਚੋਂ ਉਹ ਬਾਬੇ ਕਿੱਧਰ ਨੂੰ ਜਾਣਾ ਬਾਬੇ ਰੁਕ ਜਾ ਉਹ ਇੱਧਰ ਆ ਜਾਓ ਇੱਧਰ ਉਹ ਇੱਧਰ ਤਾਂ ਬੰਦ ਆ ਉਹ ਤਾਂ ਗੁਫਾ ਆ ਗਈ ਬਾਬੇ ਉਹ ਧਿਆਨ ਰੱਖੀ ਕੋਈ ਬੈਠਾ ਤਾਂ ਨੀ ਉਹ ਅੰਦਰ ਜਾਣ ਨੂੰ ਹੈਗਾ ਕੁਛ ਅੱਜ ਭਰਾਵੋ ਧਿਆਨ ਰੱਖਿਓ ਕੁਛ ਆਏ ਨਾ ਜਾਵੇ ਲੈਟ ਨੀ ਲਾਉਣੀ ਹੈਗੀ ਡਾਇਨਾਸੌਰ ਡਰੈਗਨ ਹੈਗਾ ਡਰੈਗਨ ਜਿਹੜਾ ਅੱਗ ਨੇ ਅੱਗ ਕੱਢਦਾ ਹੁੰਦਾ ਹਾਂ ਹਾਂ ਬਹੁਤ ਲੱਗੇ ਹੁਣ ਸਾਨੂੰ ਭੁੱਖ ਹੋ ਗਿਆ ਪੂਰਾ ਦੁਪਹਿਰਾ ਸਾਨੂੰ ਡਬਲੀ ਵਾਲੇ ਹਾਂਜੀ ਸਰ ਸਰ ਬੈਠੋ ਸਰ ਨੂੰ ਕੋਸੀ ਦਿਓ ਗੁਰਦਾਸ ਮਾਨ ਆ ਗਿਆ ਆਪਣੇ ਉਰੇ ਜਿਹੜਾ ਵਜਾਉਂਦਾ ਫਿਰ ਉਹਦੀ ਉੱਥੇ ਫੋਟੋ ਲੱਗ ਜਾਂਦੀ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਸਿੰਗਰਾਂ ਦੀ ਲਗਾ ਰਹੇ ਥਾਲੀ ਡਬੂਆ ਥਾਲੀ ਲਗਾ ਰਹੇ ਦੇਖ ਕੀ ਲੱਛਣ ਕਰਦਾ ਕਾਕਾ ਸਾਢੇ ਅੱਠ ਵਜੇ
ਤੁਹਾਨੂੰ ਦਿਖਣਾ ਨਹੀਂ ਖਾਣਾ ਵੈਸੇ ਹੈ ਵਿੱਚ ਇਹਦੇ ਐਡ ਬਾਰੇ ਉਧਰ ਰੱਖ ਛੋੜ ਛੋੜ ਤੁਹਾਨੂੰ ਸਰਵਿਸ ਭਰਿਆ ਭਰਿਆ ਦਿਖ ਰਿਹਾ ਨਾ, 5 ਮਿੰਟ ਬਾਅਦ ਦਿਖਾਊਂਗਾ, ਸਭ ਕੁਛ ਖਾਲੀ ਹੋ ਜਾਂਦਾ ਬਿਲਕੁਲ ਵੀ ਆ ਜਾਏਗਾ ਠੀਕ ਹੈ ਬੈਠੇ ਸ਼ਿਕਾਰੀ ਬੈਠਾ ਮੈਂ ਵੀ ਸ਼ਿਕਾਰੀ ਬੈਠਾ ਚਲੋ ਮਿਲਦੇ ਫਿਰ ਖਾ ਕੇ ਬਾਈ ਹਾਂਜੀ ਹੋ ਗਈ ਪੇਟ ਪੂਜਾ ਚੱਲੀਏ ਫਿਰ ਚਲੋ ਚਲੋ ਕਿੱਧਰ ਜਾਣਾ ਹੁਣ ਹੁਣ ਆਪਾਂ ਚੱਲਦੇ ਹਾਂ ਪਹਿਲਾਂ ਲੇਕ 'ਤੇ ਚੱਲਦੇ ਹਾਂ ਹਾਂਜੀ ਫਿਰ ਆਪਾਂ ਚੱਲਾਂਗੇ ਉੱਧਰ ਰੌਕ ਗਾਰਡਨ ਠੀਕ ਹੈ ਜੀ ਚਲੋ ਚਲੋ ਮਿਲਦੇ ਹਾਂ ਫਿਰ ਲੇਕ 'ਤੇ